ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਜ਼ਮੀਨੀ ਹਕੀਕਤ ਵੇਖੋ। ਤਸਵੀਰਾਂ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੀਆਂ ਨੇ, ਜਿੱਥੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਦੀ ਮੌਜੂਦਗੀ 'ਚ ਇੱਕ ਨੌਜਵਾਨ ਨੇ ਜ਼ੋਰਦਾਰ ਹੰਗਾਮਾ ਕੀਤਾ। ਹੰਗਾਮੇ ਦੀ ਵਜ੍ਹਾ ਸੀ ਪਿੰਡ ਵਿੱਚ ਪੁੱਲ ਦਾ ਨਾ ਹੋਣਾ, ਜਿਸ ਕਾਰਨ ਇਸ ਨੌਜਵਾਨ ਨੇ ਮੰਤਰੀ ਸਾਹਿਬ ਦੇ ਅੱਗੇ ਵਿਕਾਸ ਦਾ ਰੋਣਾ ਰੋਇਆ। ਪਰ ਹੰਗਾਮੇ ਤੋਂ ਹਤਾਸ਼ ਪੁਲਿਸ ਵਾਲਿਆਂ ਨੇ ਇਸ 'ਤੇ ਸ਼ਿਕੰਜਾ ਕੱਸਦਿਆਂ ਫਾਜ਼ਿਲਕਾ ਸਿਟੀ ਥਾਣੇ ਭੇਜ ਦਿੱਤਾ। ਜਦਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਹੰਗਾਮੇ ਦੀ ਵਜ੍ਹਾ ਤੋਂ ਅਣਜਾਣ ਨਜ਼ਰ ਆਏ ਅਤੇ ਉਹਨਾਂ ਕੀ ਕਿਹਾ, ਤੁਸੀਂ ਆਪ ਹੀ ਸੁਣ ਲਓ। ਡਿਮਾਂਡ ਨੂੰ ਲੈ ਕੇ ਨਾ ਪਹਿਲੇ ਕੋਈ ਹੰਗਾਮਾ ਕੀਤਾ ਜੀ, ਕਾਹਦੀ ਉਹਦੇ ਵੱਲੋਂ ਡਿਮਾਂਡ ਕੀਤੀ ਗਈ ਸੀਗੀ ਵੀ ਸਾਡੇ ਪਿੰਡ ਦੇ ਪੁੱਲ ਬਣਾਇਆ ਜਾਵੇ ਦੋਨਾ ਨਾਨਕਾ, ਕਾਫੀ ਜਿਹੜਾ ਇੱਥੇ ਹੰਗਾਮਾ ਕੀਤਾ। ਮੈਂ ਹੁਣ ਪਤਾ ਕਰ ਲੈਣਾ ਕੀ ਗੱਲ ਹੈ, ਉਹ ਪੁੱਲ ਕਿਉਂ ਨਹੀਂ ਬਣਾ, ਕੀ ਕਾਰਨ ਕੀ ਆ ਦੇ ਇੱਕ ਡਾਟਾ ਨੋਟ ਕਰ ਲਓ। ਹਾਂ, ਕਿਹੜੀ ਚੀਜ਼ ਲੈ ਗਈ ਹੈ ਸਰ ਜਿਹੜੇ ਬੰਦੇ ਨੇ ਬਾਹਰ ਹੰਗਾਮਾ ਕੀਤਾ ਹੈਗਾ? ਨਹੀਂ ਉਹ ਮੈਂ ਪੁਲਿਸ ਛਡਾ ਦੇਣਾ, ਕੋਈ ਇਸ ਗੱਲ ਪਤਾ ਕਰ ਲੈਣ, ਉਹਦੀ ਗੱਲ ਸੁਣਦੇ ਹਾਂ, ਗੱਲ ਸੁਣ ਕੇ ਦੇਖਦੇ ਕੀ ਪ੍ਰੋਬਲਮ ਕੀ ਆ ਉਹਦੀ, ਜੇ ਉਹਦੀ ਪ੍ਰੋਬਲਮ ਕੋਈ ਜੋਬ ਕੋਈ ਹੈਗੀ ਹੈ ਜਿਹਨਾਂ ਤਾਂ ਉੱਥੇ ਅਮਲ ਕਰਾਂਗੇ। ਅਤੇ ਜੇ ਕੋਈ ਸਰਕਾਰ ਲੈਵਲ 'ਤੇ ਉਹ ਪੁਲ ਵਾਸਤੇ ਗ੍ਰਾਂਟ ਜਾਰੀ ਹੋਣੀ ਆ ਜਾਂ ਕੋਈ ਪ੍ਰੋਸੈਸ ਹੈ, ਦੇਖੋ ਇੱਦਾਂ ਕੋਈ ਹੰਗਾਮਾ ਕਰਨ ਨਾਲ ਨਹੀਂ, ਉਹ ਪ੍ਰੋਪਰ ਪ੍ਰੋਸੀਜਰ ਨਾਲ ਇੱਥੇ ਆਵੇ, ਇੱਥੇ ਮੈਂ PWD ਵਾਲਿਆਂ ਨੂੰ ਜਾਂ BND ਜਿਹੜੇ ਜਿਹਨੇ ਵੀ ਪੁਲ ਬਣਾਉਣਾ ਹੈਗਾ ਜਾਂ ਇਰੀਗੇਸ਼ਨ ਵਾਲਿਆਂ ਨੇ ਬਣਾਉਣਾ ਹੈਗਾ, ਤਾਂ ਆਪਾਂ ਜਾਂ ਡੀਸੀ ਸਾਹਿਬ ਦੇ ਕੋਈ ਜੁਡੀਸ਼ੀਅਲ ਚਾਹੁੰਦਾ ਤਾਂ ਆਪਾਂ ਗੱਲ ਕਰਨ ਤਿਆਰ। ਜਿਸ ਤਰ੍ਹਾਂ ਉਹ ਐਕਟ ਕਰ ਰਿਹਾ ਸੀ ਉੱਥੋਂ ਲੱਗਦਾ ਸੀ ਵੀ ਉਹਨੂੰ ਮਿਲਣ ਨਹੀਂ ਦਿੱਤਾ ਗਿਆ ਤੁਹਾਡੇ ਨਾਲ, ਇਹ ਘਰ ਇਹ ਤਾਂ ਹੁਣ ਮੈਂ ਇੱਥੇ ਮੀਟਿੰਗ ਸੀਗਾ, ਮੈਂ ਬਾਹਰ ਲੈ ਕੇ ਮਿਲਣ ਲੈਣਾ ਸੀਗਾ, ਐਸੀ ਗੱਲ ਨਹੀਂ, ਮੈਂ ਦੁਬਾਰਾ ਬੁਲਾ ਲੂੰਗਾ ਉਸ ਗੱਲ ਕੀ ਹੈ। SSP ਨੂੰ ਕਹਿੰਦੇ ਇੱਥੇ ਖੜੇ ਸੀ, ਹੁਣ ਕਹਿੰਦਾ ਲੈ ਕੇ ਪਾਟਲ ਸਾਹਿਬ ਨੂੰ ਕਹਿੰਦੇ ਇੱਥੇ ਲੈ ਕੇ ਆਉਣਗੇ ਉਹਨੂੰ, ਬੰਦੇ ਨੂੰ ਮੰਗਾ ਲੈਣ ਇੱਥੇ, ਗੱਲ ਸੁਣਾਂਗੇ ਬਕਾਇਦਾ। ਮੈਂ ਇੱਥੇ ਲੋਕਾਂ ਦੀ ਗੱਲ, ਮੈਨੂੰ CM ਸਾਹਿਬ ਨੇ ਅਪੁਆਇੰਟ ਕੀਤਾ ਲੋਕਾਂ ਦੀ ਗੱਲ ਸੁਣਨ ਵਾਸਤੇ, ਜੋ ਲੋਕਾਂ ਦੇ ਗ੍ਰੀਵੈਂਸ ਹੈਗੀਆਂ ਉਹ ਸਾਰੀਆਂ ਦੂਰ ਕਰਨੀਆਂ ਮੇਰੀ ਜ਼ਿੰਮੇਵਾਰੀ ਹੈ। ਜਿਹੜੀਆਂ ਮੌਕੇ ਦੇ ਮੌਕੇ 'ਤੇ ਕਰਦਾ ਕੋਈ ਬੰਦੇ ਨੂੰ, ਕੋਈ ਬੰਦਾ ਤੁਸੀਂ ਇੱਥੇ ਲੈ ਕੇ ਗਏ ਹੋਣੇ, ਜਿਹੜਾ ਬੰਦਾ ਬਾਹਰ ਕੋਈ ਪ੍ਰੋਟੈਸਟ ਕਰ ਰਿਹਾ ਸੀ ਉਹਨੂੰ ਬੁਲਾਓ ਇੱਥੇ ਥਾਣੇ 'ਚ ਭੇਜਿਆ ਹੈਗਾ, ਮੈਂ ਉਹਦੀ ਗੱਲ ਸੁਣਨੀ ਚਾਹੁੰਦਾ, ਗੱਲ ਬੁਲਾਓ ਨਜ਼ਰ ਆਉਣੀ। ਠੀਕ ਹੈ, ਨੌਜਵਾਨ ਦੀ ਸਮੱਸਿਆ ਸੁਣਨ ਦੀ ਬਜਾਏ ਪੁਲਿਸ ਨੇ ਉਸ ਨੂੰ ਕਾਬੂ ਕਰਨਾ ਬਿਹਤਰ ਸਮਝਿਆ, ਇਸੇ ਲਈ ਥਾਣੇ ਲਿਜਾ ਕੇ ਪੁੱਛਗਿੱਛ ਕਰਨ ਦੀ ਗੱਲ ਆਖੀ। ਜਿਵੇਂ ਦੀ ਹੁਕਮ ਦੀ ਕਾਰਵਾਈ ਕਰਤਾ ਸਰ, ਕੋਈ ਪਤਾ ਨਹੀਂ ਅੰਦਰ ਰੌਲਾ ਪਾਇਆ, ਚੱਕ ਕੇ ਅਸੀਂ ਬਾਹਰ ਲੈ ਆਏ ਹਾਂ, ਇਸ ਬਾਰੇ ਪੁੱਛਾਂਗੇ। ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ ਜੀ? ਸਰ ਕੁਛ ਹੀ ਕਰਦੀ ਸੀ, ਕੀ ਕੀਤਾ ਜੀ ਪਤਾ ਹੀ ਨਹੀਂ ਕਿੱਥੋਂ ਦਾ, ਨਾ ਹੀ ਨੇ ਕੁਛ ਦੱਸਿਆ। ਇਸ ਹੰਗਾਮੇ ਨੇ ਇੱਕ ਵਾਰ ਫੇਰ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ। ਨਾ ਬੇਰੁਜ਼ਗਾਰੀ ਦੂਰ ਹੋਈ, ਨਾ ਮਹਿੰਗਾਈ ਨੂੰ ਨੱਥ ਪਈ, ਪੌਣੇ 2 ਸਾਲ ਦਾ ਵਕਫਾ ਮਿਲੇ ਤਾਂ ਸਿਰਫ ਲਾਰੇ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ।